ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ 에어ਪੋਰਟ ਤੇ ਕਸਟਮ ਵਿਭਾਗ ਨੇ 21,69,000 ਦਾ ਸੋਨਾ ਬਰਾਮਦ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕਸਟਮ ਵਿਭਾਗ ਨੂੰ ਇੱਕ ਵਿਅਕਤੀ ਦੇ ਉੱਤੇ ਸ਼ੱਕ ਹੋਇਆ ਕਿਉਂਕਿ ਉਸ ਦੀ ਟੀ-ਸ਼ਰਟ ਬਹੁਤ ਤੰਗ ਸੀ ਤੇ ਜਦੋਂ ਉਸ ਦੀ ਟੀ-ਸ਼ਰਟ ਖੁਲਵਾ ਕੇ ਵੇਖੀ ਗਈ ਤਾਂ 21,69,000 ਦਾ ਸੋਨਾ ਉਸ ਨੇ ਪੇਸਟ ਬਣਾ ਕੇ ਟੀ-ਸ਼ਰਟ ਦੇ ਵਿੱਚ ਚਿਪਕਾਇਆ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਦਿੱਲੀ ਦਾ ਰਹਿਣ ਵਾਲਾ ਇੱਕ ਨੌਜਵਾਨ ਦੱਸਿਆ ਜਾਂਦਾ ਹੈ ਜਿਹੜਾ ਕਿ ਦਿੱਲੀ ਦੀ ਐਲ ਐਨ ਜੇਪੀ ਕਲੋਨੀ ਮਹਾ راج ਰਣਜੀਤ ਸਿੰਘ ਰੋਡ ਦਾ ਵਸਨੀਕ ਦੱਸਿਆ ਜਾਂਦਾ ਹੈ ਬੁੱਧਵਾਰ ਨੂੰ ਦਿੱਲੀ ਤੋਂ ਅਮਰੀਕਾ ਦੀ ਫਲਾਈਟ ਦੇ ਉੱਤੇ ਬੈਠ ਕੇ ਅਮਰੀਕਾ ਪਹੁੰਚਦਾ ਜਿੱਥੇ ਕਸਟਮ ਵਿਭਾਗ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਉਸ ਦੀ ਤੰਗ ਟੀ-ਸ਼ਰਟ ਨੂੰ ਵੇਖਦਿਆਂ ਹੋਇਆਂ ਕਸਟਮ ਵਿਭਾਗ ਨੂੰ ਸ਼ੱਕ ਹੁੰਦਾ ਹੈ ਤੇ ਜਦੋਂ ਉਸ ਦੀ ਟੀ-ਸ਼ਰਟ ਖੁਲਵਾ ਕੇ ਵੇਖੀ ਜਾਂਦੀ ਹੈ ਤਾਂ 21,69,000 ਦਾ ਸੋਨਾ ਉਸ ਵੱਲੋਂ ਪੇਸਟ ਬਣਾ ਕੇ ਟੀ-ਸ਼ਰਟ ਦੇ ਵਿੱਚ ਚਿਪਕਾਇਆ ਗਿਆ ਸੀ ਜੜਾ ਕੇ ਇਸ ਵੇਲੇ ਕਸਟਮ ਵਿਭਾਗ ਨੇ ਬਰਾਮਦ ਕਰ ਲਿਆ ਤਾਂ ਉਸ ਵਿਅਕਤੀ ਨੂੰ ਵੀ ਫੜ ਲਿਆ ਤੇ ਉਸ ਦੇ ਨਾਲ ਜੜੀਆ ਹੁਣ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਫਿਰਦੋਸ ਦਾ ਇਹ ਵਿਅਕਤੀ ਇਸ ਵੇਲੇ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੋਂ ਦੱਸ ਦਈਏ ਕਿ ਅੰਮ੍ਰਿਤਸਰ ਹਵਾਈ ਅੱਡੇ ਤੇ ਇਸ ਤੋਂ ਪਹਿਲਾਂ ਵੀ ਕਰੋੜਾਂ ਦੇ ਮਾਮਲੇ ਦੇ ਵਿੱਚ ਸੋਨਾ ਜਿਹੜਾ ਬਰਾਮਦ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ 12 ਨਵੰਬਰ ਨੂੰ ਵੀ ਅੰਮ੍ਰਿਤਸਰ ਹਵਾਈ ਅੱਡੇ ਤੇ 1 ਕਰੋੜ ਦੇ ਲਗਭਗ ਜਿਹੜੀ ਵਿਦੇਸ਼ੀ ਕਰੰਸੀਆ ਜ਼ਬਤ ਕੀਤੀ ਗਈ ਸੀ